ਆਹ ਦੇਖੋ ਜੀ, ਆਹ ਹੁੰਦਾ ਬਚਪਨ ਜਿਹਦਾ ਹਰੇਕ ਕੋਈ ਆਨੰਦ ਮਾਣਦਾ। ਨਾਨਕਿਆਂ ਤੋਂ ਆ ਰਿਹਾ ਜੀ ਮੁੰਡਾ, ਔਰ ਨਾਨਕਿਆਂ ਦੇ ਆ ਕੇ ਖੇਲ ਖੂਲ ਕੇ ਦੇਖੋ ਜੀ ਹੁਣ ਥੱਕ ਗਿਆ, ਅਤੇ ਆਪਾਂ ਜਾ ਰਹੇ ਹਾਂ ਐਕਟਿਵਾ ਅਤੇ ਬਾਬੂ ਜੀ ਸੋ ਗਏ। ਫਿਰ ਤਾਂ ਇਹ ਜ਼ਿੰਮੇਵਾਰੀ ਕਿ ਮੈਂ ਘਰ ਕਿਵੇਂ ਪਹੁੰਚਾਵਾਂ ਜੀ, ਤਾਂ ਵੀ ਆਪਾਂ ਸੁੱਤੇ ਹੋਏ ਲੈ ਕੇ ਜਾ ਰਹੇ ਹਾਂ ਜੀ। ਤਾਂ ਹੀ ਕਹਿੰਦੇ ਜੀ ਬਚਪਨ ਬਹੁਤ ਅਣਮੁੱਲਾ ਹੁੰਦਾ ਜੀ, ਇਸ ਲਈ ਜੀ ਲਓ ਬਚਪਨ ਨੂੰ ਜਿੰਨਾ ਜੀ ਸਕਦੇ, ਇਹਦੇ ਵਰਗਾ ਟਾਈਮ ਨਹੀਂ ਮਿਲਣਾ ਮੈਨੂੰ। ਚਲੋ ਚੰਗਾ ਜੀ।